ਅੱਠ ਲਵੀ ਇੰਨਾ ਕਾ ਸੀਨ ਹੋਣ ਦਾ ਵਿੱਚ ਅੱਛਾ ਹਾਂਜੀ ਦੱਸ ਤਾ ਸਹੀ ਚਲੋ ਹੁਣ ਦੁਬਾਰਾ ਖੋਲਾ ਹਾਂ ਦੁਬਾਰਾ ਖੋਲਾ ਬਿਸਮਿਲ੍ਲਾਹਿ ਰਹਿਮਾਨ ਰਹੀਮ ਮੁਹੰਮਦ ਅਸਦ ਵੱਲੋਂ ਸਾਰੇ ਦੇਖਣ ਵਾਲਿਆਂ ਵੀਰਾਂ ਨੂੰ ਅਸਲਾਮ ਅਲੈਕੁਮ ਸਦਾ ਹੱਸਦੇ ਰਹੋ ਅਤੇ ਵੱਸਦੇ ਰਹੋ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਅਸੀਂ ਆਏ ਹਾਂ ਬਰੂਨ ਦਾ ਇਲਾਕਾ ਵਾ ਜ਼ਿਲ੍ਹਾ ਲਈਆ ਵਾ ਤਹਿਸੀਲ ਮਨਕੇਰਾ ਲੱਗਦੀ ਇੱਥੇ ਤਹਿਸੀਲ ਮਨਕੇਰਾ ਵਾ ਅਤੇ ਡਿੱਬੇ ਡਿੱਬੇ ਆ ਸਾਰੇ ਸਾਡੇ ਪੰਜਾਬ ਦੇ ਇੰਜੀਨੀਅਰ ਜਿਹੜੇ ਆ ਉਹਨਾਂ ਨੇ ਇਸ ਟਰੈਕਟਰ ਨੂੰ ਮੋਡੀਫਾਈ ਕੀਤਾ ਹੋਇਆ ਅਤੇ ਉਹ ਕਿਸ ਤਰੀਕੇ ਨਾਲ ਕੀਤਾ ਹੋਇਆ ਕੀ ਚੇਂਜਿੰਗ ਕੀਤੀ ਹੋਈ ਆ ਇਹਦੇ ਵਿੱਚ ਉਹ ਤੁਹਾਨੂੰ ਦਿਖਾਉਂਦੇ ਹਾਂ ਜਨਾਬ ਉਹਨਾਂ ਨੇ ਇਹਦੇ ਉਤਪਾਦਨ ਹੈ ਵੈਸੇ ਜਪਾਨੀ ਮਸ਼ੀਨ ਉਹ ਤਕਰੀਬਨ ਸਾਡੇ ਅੰਦਾਜ਼ੇ 'ਚ ਕਰੋੜ ਤੋਂ ਉੱਪਰ ਉੱਪਰ ਦੀ ਹੋਈ ਨਹੀਂ ਆ ਇਹ ਜਿਹੜਾ ਵਾ ਇਹ ਤਕਰੀਬਨ ਉਹਨਾਂ ਨੇ ਜਨਾਬ ਵਾਲਾ ਬਹੁਤਾ ਹੋਇਆ ਅਤੇ 8 ਤੋਂ 10 ਲੱਖ ਰੁਪਇਆ ਲਗਾਇਆ ਹੋਇਆ ਕੰਮ ਉਹਨਾਂ ਹੀ ਕਰ ਲਿਆ ਜਿੰਨਾ ਉਹ ਮਸ਼ੀਨ ਕਰਦੀ ਸੀ ਉਹ ਮਸ਼ੀਨ ਵੀ ਇੱਥੇ ਲੱਗੀ ਹੋਈ ਸੀਗੀ ਉਹਦਾ ਖਰਚਾ ਸੀਗਾ 1 ਘੰਟੇ ਦਾ ਤਕਰੀਬਨ 10 ਤੋਂ 12 ਲੀਟਰ ਤੇਲ ਉਹ ਪੀਂਦੀ ਸੀ ਇਹ ਜਿਹੜਾ ਟਰੈਕਟਰ ਆ ਇਹ ਤਕਰੀਬਨ 4 ਤੋਂ 5 ਲੀਟਰ ਤੇਲ ਵੀ ਲੈ ਕੇ ਅਤੇ ਕੰਮ ਇਹ ਵੀ ਉਹਦੇ ਜਿੰਨਾ ਕਰ ਰਿਹਾ ਅਤੇ ਉਹ ਵੀ ਇਹਦੇ ਜਿੰਨਾ ਹੀ ਕਰ ਰਹੀ ਸੀ ਲਿਹਾਜ਼ਾ ਉਹਨਾਂ ਨੇ ਉਹ ਜਿਹੜੀ ਉਹ ਮਹਿੰਗੀ ਪੈਂਦੀ ਸੀ ਉਹ ਖਤਮ ਕਰ ਦਿੱਤੀ ਉਹਨੂੰ ਬਸ ਕਰਵਾ ਦਿੱਤੀ ਅਤੇ ਇਹ ਟਰੈਕਟਰ ਇਕੱਲਾ ਲੱਗਿਆ ਹੋਇਆ ਇਹ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਨਾਲ ਮਿਲਾਉਂਦੇ ਵੀ ਹਾਂ ਵੀ ਇਹ ਕਿੱਥੋਂ ਕਰਵਾਇਆ ਇਹ ਕੰਮ ਇਹ ਦੇਖੋ ਜੀ ਉਹਨਾਂ ਨੇ ਅਗਲੇ ਟਾਇਰ ਜਿਹੜੇ ਆ ਲਾਹ ਕੇ ਨੀਚੇ ਗੱਡੀਆਂ ਫਿਕਸ ਕੀਤੀਆਂ ਹੋਈਆਂ ਅਤੇ ਟਾਇਰ ਤਕਰੀਬਨ ਗੱਡੀ ਤੋਂ 4 ਤੋਂ 5 ਫੁੱਟ ਅੱਗੇ ਜਾ ਕੇ ਲਗਾਏ ਹੋਏ ਆ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਫਰੰਟ ਬਲੇਡ ਲਗਾਇਆ ਹੋਇਆ ਬੈਕ ਸਾਈਡ ਵਾਲਾ ਬਲੇਡ ਵੀ ਦੇਖ ਲਓ ਤੁਸੀਂ ਉਹ ਫਰੇਮ ਜਿਹਾ ਬਣਾਇਆ ਹੋਇਆ ਉਹਨਾਂ ਨੇ ਜ਼ਬਰਦਸਤ ਕਿਸਮ ਦਾ ਟਰੈਕਟਰ ਜਿਹੜਾ ਵਾ ਇਹ ਮੈਸੀ ਆ 265 ਗਾਲਬਨ ਮੈਸੀ 265 ਟਰੈਕਟਰ ਆ ਅਤੇ ਬਾਕੀ ਨਜ਼ਦੀਕ ਜਾ ਕੇ ਦੇਖਦੇ ਹਾਂ ਸਾਡੇ ਨਾਲ ਅੱਜ ਇਹ ਵੀਡੀਓ ਬਣਾਉਣ ਵਾਸਤੇ ਆਏ ਹੋਏ ਆ ਸਾਡਾ ਸੋਹਣਾ ਜਿਹਾ ਵੀਰ ਅਤੇ ਇਹਦਾ ਵੀ ਚੈਨਲ ਆ ਸੋਹਣੇ ਵੀਰ ਦੇ ਨਾਮ ਤੋਂ ਹੀ ਮੁੰਡਾ ਵੀ ਸੋਹਣਾ ਅਤੇ ਚੈਨਲ ਵੀ ਸੋਹਣੇ ਵੀਰ ਦੇ ਨਾਮ ਤੋਂ ਹੈ ਅਤੇ ਇਹਦਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਤੇ ਸਪੋਰਟ ਕਰਿਓ ਅੱਛੀਆਂ ਅੱਛੀਆਂ ਵੀਡੀਓ ਹੁੰਦੀਆਂ ਇਸੇ ਤਰੀਕੇ ਦੀਆਂ ਦੇਸੀ ਇਹ ਦੇਖ ਲਓ ਜੀ ਟਰੈਕਟਰ ਉਹਨਾਂ ਨੇ ਕਰ ਲਿਆ ਹੋਇਆ ਲੰਬਾ ਇੱਦਾਂ ਦੇ ਜਗਾੜੂ ਕੰਮ ਨਹੀਂ ਇਹ ਗੱਲ ਨਾ ਕਰ ਦੂੰ ਇੰਡੀਅਨ ਜਿਹੜੇ ਪੰਜਾਬੀ ਆ ਨਾ ਉਹ ਜੱਟ ਜ਼ਿਮੀਂਦਾਰ ਜਿਹੜੇ ਆ ਅਤੇ ਬਾਈ ਉਹ ਵੀ ਇੱਦਾਂ ਦੇ ਕੰਮ ਹੀ ਕਰਦੇ ਆ ਸਾਰੇ ਮਿੱਟੀ ਦੇਖੋ ਜਨਾਬ ਖਿੱਚ ਕੇ ਲਿਜਾਂਦਾ ਅੱਛਾ ਇਹਨਾਂ ਨੇ ਸਿਸਟਮ ਵੇਖ ਕਿਹੜਾ ਲਾਇਆ ਹੋਇਆ ਇਹਨਾਂ ਨੇ ਅੱਗੇ ਜਿਹੜਾ ਸਟੀਅਰਿੰਗ ਨੂੰ ਪ੍ਰੈਸ਼ਰ ਕੀਤਾ ਹੋਇਆ ਮੇਰਾ ਖਿਆਲ ਆ ਸਟੀਅਰਿੰਗ ਪ੍ਰੈਸ਼ਰ ਆ ਜਾਂ ਦੂਸਰਾ ਹੀ ਆ ਪ੍ਰੈਸ਼ਰ ਸਟੀਅਰਿੰਗ ਕੀਤਾ ਹੋਇਆ ਇਹਨਾਂ ਨੇ ਹੁਣ ਨਵਿਆਂ ਮਾਡਲਾਂ 'ਚ ਪ੍ਰੈਸ਼ਰ ਆ ਰਿਹਾ ਵੈਸੇ ਪੁਰਾਣਿਆਂ ਮਾਡਲਾਂ 'ਚ ਪ੍ਰੈਸ਼ਰ ਸਟੀਅਰਿੰਗ ਨਹੀਂ ਸੀ ਹਾਂ 265 ਹੈ ਪ੍ਰੈਸ਼ਰਾਈਜ਼ ਕੀਤਾ ਹੋਇਆ ਟਰੈਕਟਰ ਹਾਂਜੀ ਹਾਂਜੀ ਹੈ ਸਾਡੇ ਪੰਜਾਬੀ ਬੈਠਕ ਦੇ ਓਨਰ ਅਤੇ ਅਸੀਂ ਸਾਰੇ ਭਰਾ ਜਨਾਬ ਯੂਟਿਊਬਰ ਹੀ ਹਾਂ ਬਹੁਤ ਵੱਡਾ ਸਾਰਾ ਪਲੇਟ ਲੱਗਿਆ ਹੋਇਆ ਸਪੈਸ਼ਲ ਕਿਸਮ ਦੀ ਸੈਟਿੰਗ ਕੀਤੀ ਹੋਈ ਉਹਨਾਂ ਨੇ ਸਾਰੀ ਖਾਲੀ ਹੋ ਕੇ ਜਾ ਰਿਹਾ ਵਾਪਸ ਉੱਪਰ ਵਜ਼ਨ ਰੱਖਿਆ ਹੋਇਆ ਬੋਰੀਆਂ ਦਾ ਸੂਰਜ ਗਰੂਪ ਹੋਣ ਦਾ ਟਾਈਮ ਹੋ ਰਿਹਾ ਹਲਕਾ ਹਲਕਾ ਨੀਚੇ ਜਾ ਰਿਹਾ ਅਤੇ ਵੈਸੇ ਵੀ ਮੌਸਮ ਤਕਰੀਬਨ ਠੰਡਾ ਜਿਹਾ ਹੋਇਆ ਸੀ ਹਨੇਰੀ ਥੋੜ੍ਹੀ ਜਿਹੀ ਚੱਲੀ ਆ ਉਸ ਤੋਂ ਬਾਅਦ ਰੁਕ ਗਈ ਆ ਹਾਂ
ਹਾਂਜੀ ਭਾਈ ਨੂੰ ਇਸ਼ਾਰਾ ਕੀਤਾ ਰੁਕਣ ਦਾ, ਇਹਨਾਂ ਨਾਲ ਗੱਪ ਸ਼ੱਪ ਲਾਉਂਦੇ ਹਾਂ ਅਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ। 2 ਮਿੰਟ ਦੀ ਉਹ ਬਸ ਇਹ ਪਿੱਛੇ ਹੋਇਆ ਥੋੜ੍ਹਾ ਜਿਹਾ। ਹਾਂਜੀ ਇਹ ਚੀਜ਼ ਦਾ ਜੀ ਇਹ ਫਰੰਟ ਪਲੇਟ ਲੱਗਿਆ ਹੋਇਆ, ਇਹ ਦੇਖ ਸਕਦੇ ਹੋ ਬਹੁਤ ਤਰੀਕਾ ਹੈ। ਇਹਦੇ 'ਚ ਕਈ ਫੰਕਸ਼ਨ ਆ ਜਨਾਬ, ਸਹੀ ਹੈ। ਦੁਬਾਰਾ ਮੂਵ ਕਰਿਓ, ਨੀਚੇ ਆ ਰਿਹਾ ਉੱਪਰ ਜਾ ਰਿਹਾ ਅੱਗੇ ਨੂੰ ਅਤੇ ਇਹ ਨੀਚੇ ਨੂੰ, ਸਹੀ ਹੈ। ਇਹ ਇਹਨਾਂ ਦਾ ਸਟੀਅਰਿੰਗ ਆ, ਸਟੀਅਰਿੰਗ ਵੈਸੇ ਜਨਾਬ ਅਸੀਂ ਦੱਸ ਰਹੇ ਸੀਗੇ ਪ੍ਰੈਸ਼ਰ ਕੀਤਾ, ਪ੍ਰੈਸ਼ਰ ਨਹੀਂ ਹੈ, ਇਹ ਲੱਗਿਆ ਹੋਇਆ ਸਟੀਅਰਿੰਗ ਦੂਸਰਾ ਹੀ ਆ। ਇਹ ਪ੍ਰੈਸ਼ਰ ਵਾਲੇ ਪਾਈਪ ਜਿਹੜੇ ਆ ਇਹ ਇਸ ਫਰੰਟ ਪਲੇਟ ਦੇ ਆ, ਠੀਕ ਹੈ। ਅਤੇ ਉਸ ਤੋਂ ਬਾਅਦ ਜਨਾਬ ਆ ਦੇਖੋ ਟਾਇਰ ਇਹਨਾਂ ਨੇ ਕਿੰਨੇ ਅੱਗੇ ਕਰਕੇ ਲਗਾਏ ਹੋਏ ਆ। ਟਰੈਕਟਰ ਸਾਡਾ ਖਤਮ ਹੋ ਜਾਂਦਾ ਇਸ ਜਗ੍ਹਾ 'ਤੇ, ਇਸ ਜਗ੍ਹਾ 'ਤੇ ਟਾਇਰ ਹੁੰਦੇ ਪਹਿਲੇ ਓਰੀਜਨਲ ਇਸ ਜਗ੍ਹਾ 'ਤੇ। ਇਹ ਦੇਖੋ ਅੱਗੇ ਵੈਲਡਿੰਗ ਹੋਈ ਆ, ਵੈਲਡ ਕਰਕੇ ਇਹ ਸਾਰੀ ਚੀਜ਼ਾਂ ਅੱਗੇ ਲਗਾਉਂਦੇ। ਕਿਹੜਾ ਟਰੈਕਟਰ ਆ? 265 265 ਟਰੈਕਟਰ ਆ। ਇਹ ਕਿੱਥੋਂ ਬਣਵਾਇਆ ਇਹ? ਇਹਨੂੰ ਬੰਦ ਕਰੋ ਜ਼ਰਾ, ਸਾਨੂੰ ਆਵਾਜ਼ ਨਹੀਂ ਸਮਝ ਆਉਂਦੀ। ਇਹ ਕਿੱਥੋਂ ਬਣਵਾਇਆ? ਭਾਈ ਨੇ ਸਾਡੇ ਵੱਡੇ ਅਮੀਰ ਮੁਹੰਮਦ। ਅੱਛਾ, ਇਹ ਫਤਿਹਪੁਰ ਤਿਆਰ ਹੋਇਆ? ਇਹ ਜਨਾਬ ਸਾਡੇ ਡਿਸਟ੍ਰਿਕਟ ਲਈਆ ਦਾ ਸ਼ਹਿਰ ਆ ਫਤਿਹਪੁਰ, ਇਹ ਸਾਡਾ ਆਪਣਾ ਸ਼ਹਿਰ ਜਿੱਥੋਂ ਦੇ ਅਸੀਂ ਹੈ ਵਾਂ, ਇਹ ਉੱਥੋਂ ਬਣਿਆ ਹੋਇਆ। ਅਤੇ ਇਹ ਕਿੰਨਾ ਖਰਚਾ ਆ ਗਿਆ ਸੀ ਇਹਦੇ 'ਤੇ? ਜਪਾਨੀ ਮਸ਼ੀਨਰੀ ਅਗਰ ਇਹਦੇ ਇਸ ਹਿਸਾਬ ਦੀ ਲਓ ਤੇ ਤਕਰੀਬਨ 1 ਕਰੋੜ ਤੋਂ 1.5 ਕਰੋੜ ਤੱਕ ਦੀ ਆ। ਇੱਦਾਂ ਹੀ ਆ ਜਨਾਬ, ਸਹੀ ਆ। ਤੇ ਪਿੱਛੇ ਕਿੰਨੇ ਲੱਗਿਆ ਹੋਇਆ, ਕਿੰਨੇ ਫੁੱਟ ਦਾ ਬਲੇਡ ਲੱਗਾ ਪਿੱਛੇ? 9 ਫੁੱਟ ਦਾ ਬਲੇਡ ਲੱਗਿਆ। ਉੱਚਾ ਕਿੰਨਾ ਵਾ? 3 ਫੁੱਟ 3 ਫੁੱਟ ਉੱਚਾ। ਇਹ ਦੇਖੋ ਜਨਾਬ, ਹਾਂਜੀ ਇਹ ਚੀਜ਼ ਦਾ ਇਹ ਵੀ ਫਰੇਮ ਬਣਿਆ ਹੋਇਆ ਇਸ ਲੋਡ ਦਾ ਕਰਕੇ, ਲੋਡ ਰੱਖਿਆ ਹੋਇਆ ਉੱਪਰ ਇਹ ਚੀਜ਼ ਆ। ਦਸ ਫੁੱਟ ਦਾ ਕਮੇਟੀ ਚੜਾ ਲੈਂਦਾ ਇਹ, ਸਹੀ ਆ। ਵੀਰੇ ਥੋੜ੍ਹਾ ਜਿਹਾ ਸਾੜ ਮਾਰੀ। ਅੱਛਾ ਨਹੀਂ, ਆਹ ਜਿਹੜਾ ਪ੍ਰੈਸ਼ਰ ਸਿਸਟਮ ਹੈ ਇਹਦਾ, ਇਹ ਉਹ ਦੂਸਰੇ ਆਮ ਟਰੈਕਟਰ ਦਾ ਫਰੰਟ ਪਲੇਟ 'ਤੇ ਇਸ ਤਰੀਕੇ ਦਾ ਨਹੀਂ ਹੁੰਦਾ? ਅਤੇ ਇਹ ਆਹ ਅਸੈਂਬਲੀ ਵਗੈਰਾ ਕਿਹੜੇ ਟਰੈਕਟਰ ਕਿਹੜੀ ਚੀਜ਼ ਦੀਆਂ? ਇਹ ਲੋਡਰ ਦੀ ਅਸੈਂਬਲੀ ਲੱਗੀ ਹੋਈ ਆ। ਇਹ ਸਾਰਾ ਸਿਸਟਮ ਜਿਹੜਾ ਲੋਡਰ ਦਾ ਹੀ ਆ, ਅਤੇ ਆਹ ਗੇਅਰ ਸ਼ੇਅਰ ਜਿਹੜਾ ਸਿਸਟਮ ਇਹਦਾ, ਇਹਨੂੰ ਚਲਾਉਣ ਵਾਸਤੇ ਖੁਦ ਤਿਆਰ ਕੀਤਾ। ਇਹ ਵੀ ਸਾਰਾ ਜੈਨੂਅਨ ਸਿਸਟਮ ਨਹੀਂ ਹੈ, ਇਹ ਆਪ ਬਣਾਇਆ ਹੋਇਆ ਸਾਰਾ ਸਿਸਟਮ ਜਨਾਬ। ਦੇਖ ਲਓ ਕਮਾਲ ਦੀ ਮਸ਼ੀਨਰੀ ਹੈ, ਇਹ ਚੀਜ਼ ਮੋਬਾਈਲ ਆ, ਪਾਵਰ ਹੈ, ਪਾਵਰ ਆਇਲ ਹੈ ਇਹਦੇ ਵਿੱਚ। ਵੈਸੇ ਜਿਹੜੇ ਉਹ ਹੁੰਦੇ ਦੂਸਰੇ ਪਲੇਟ ਜਿਹੜੇ ਹੁੰਦੇ ਆ ਪਾਕੜ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਦੀ ਇਹ ਚੀਜ਼ ਪਿੱਛੇ ਲੱਗੀ ਹੋਈ। ਇਹਦਾ ਪਿਛਲਾ ਸਿਸਟਮ ਲੈਦਾ ਹੈ, ਅਗਲਾ ਲੈਦਾ ਹੈ, ਅਤੇ ਪਿੱਛੇ ਵੀ ਲੱਗਾ ਹੋਇਆ ਪਾਵਰ ਦਾ। ਪਿਛਲਾ ਇਹਦਾ ਪੰਪ ਵਿੱਚ ਹੁੰਦਾ ਨਾ, ਜਾਂ ਆਪਣਾ ਹਾਈਡ੍ਰੋਲਿਕ ਸਿਸਟਮ, ਹਾਂਜੀ ਉਹ ਪਿਛਲਾ ਆਪਣਾ। ਅੱਛਾ, ਅਗਲਾ ਬਲੇਡ ਭਰਦੇ ਨੀ? ਅੱਛਾ, ਮਾੜਾ ਜਿਹਾ ਭਰ ਕੇ ਸਾਨੂੰ ਤਾਂ ਦਿਖਾਓ ਨਾ, ਭਰ ਕੇ ਲਾ ਕੇ। ਅੱਛਾ, ਥੋੜ੍ਹਾ ਜਿਹਾ ਮਾਮੂਲੀ ਜਿਹਾ ਹੀ, ਸ਼ੇਪ ਥੋੜ੍ਹਾ ਪਿੱਛੇ ਹੋ ਜਾਏ। ਚਲੋ ਫਿਰ, ਅਗਲਾ ਪਲੇਟ ਭਰਨ ਲੱਗੇ ਆ। ਹੈ ਕੋਈ ਇੱਦਾਂ ਦਾ ਜੁਗਾੜੀ? ਇਹ ਸਾਡੇ ਫਤਿਹਪੁਰ ਵਾਲਿਆਂ ਨੇ ਤਿਆਰ ਕੀਤੀ ਹੋਈ ਮਸ਼ੀਨਰੀ ਜੀ, ਅੱਲਾਹ ਤਾਲਾ ਇਹਨਾਂ ਨੂੰ ਬਰਕਤ ਦੇਵੇ ਇਸ ਚੀਜ਼ ਦੇ ਵਿੱਚ, ਅੱਲਾਹ ਨਫ਼ਾ ਦੇਵੇ। ਬਹੁਤ ਅੱਛਾ ਸਿਸਟਮ ਬਣਾਇਆ ਹੋਇਆ, ਇੱਦਾਂ ਦਾ ਜ਼ਹਿਨ ਜਨਾਬ ਇਹਨਾਂ ਨੂੰ ਸਿੱਖਣਾ ਚਾਹੀਦਾ ਹੈ। ਚਾਰ ਵੀ
ਚਾਸੀ।